ਹਰਵਰ ਸ਼ਮੀ ਜੀ ਤੇ ਲਸ਼ਕਾਰਾ ਪ੍ਰੋਗਰਾਮ ਵੇਖਣ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਪ੍ਰੋਫੈਸਰ ਅਵਤਾਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕਮ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਅਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਲਸ਼ਕਾਰਾ ਪ੍ਰੋਗਰਾਮ ਦੀ ਸਮੁੱਚੀ ਟੀਮ ਵੱਲੋਂ, ਸਾਡੇ ਪਰਿਵਾਰਾਂ ਵੱਲੋਂ। ਇਹ ਜੋ ਤੁਹਾਡਾ ਕਾਲਜ ਆ ਜੀ, ਹੁਣ ਗਵਰਨਮੈਂਟ ਵੱਲੋਂ ਮਨਜ਼ੂਰ ਹੋ ਚੁੱਕਿਆ ਜੀ। ਜੀ ਜੀ, ਤੇ ਇਸ ਗੱਲ ਜਿੱਥੇ ਮੁਬਾਰਕਾਂ ਦਿੰਦੇ ਹਾਂ ਉੱਥੇ ਇਸ ਬਾਰੇ ਤੁਹਾਨੂੰ ਜਾਣਨਾ ਪਾਓ ਵੀ ਹੁਣ ਕਿਸ ਤਰ੍ਹਾਂ ਸਾਡੇ ਪਰਿਵਾਰ ਨੇ ਜੋ ਇਸਦਾ ਹੋਰ ਫਾਇਦਾ ਪਾ ਸਕਦੀ। ਉਸ ਤੋਂ ਬਾਅਦ ਗਵਰਨਮੈਂਟ ਨੇ ਸਰਵੇ ਕਰਕੇ ਸਾਰਾ ਕਿ ਵਾਕਈ ਅੰਗਰੇਜ਼ੀ ਪ੍ਰੋਫੈਸਰ ਉਹ ਗਰੰਟੀ ਨਾਲ ਸਿਖਾਉਂਦੇ ਆ, ਉਸ ਦੀ ਬਦੌਲਤ ਸਾਡਾ ਪਹਿਲਾ ਇੰਗਲਿਸ਼ ਦਾ ਕੋਰਸ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਕੋਈ ਪ੍ਰਾਈਵੇਟ ਕੋਰਸ ਅਪਰੂਵ ਹੋਇਆ ਹੈ। ਜਿਹਦਾ ਗਵਰਨਮੈਂਟ ਆਪਣਾ ਕੋਰਸ ਸਾਰਾ ਚਲਾ ਰਹੀ ਸੀ। ਜੀ ਜੀ, ਬਿਲਕੁਲ। ਤੇ ਉਹਦੇ ਇਲਾਵਾ ਸਾਡਾ ਹੋਟਲ ਮੈਨੇਜਮੈਂਟ, ਬਿਜ਼ਨਸ ਮੈਨੇਜਮੈਂਟ, ਵੈਬ ਡਿਜ਼ਾਈਨਿੰਗ ਤੇ ਕੰਪਿਊਟਰ ਦੇ ਸਾਨੂੰ ਬਹੁਤ ਹਲਾਸ਼ੇਰੀ ਮਿਲੀ ਆ, ਔਰ ਇਸ ਨਾਲ ਸਾਨੂੰ ਹੋਰ ਵੀ ਹੁਣ ਅੱਗੇ ਵਧਣ ਦੀ ਹਿੰਮਤ ਆ ਗਈ ਹੈ ਕਿ ਅਸੀਂ ਭੈਣ ਭਰਾਵਾਂ ਦੀ ਸੋਸਾਇਟੀ ਦੀ ਵੱਧ ਤੋਂ ਵੱਧ ਹੋਰ ਸੇਵਾ ਕਰ ਸਕਦੇ ਹਾਂ। ਜਿੱਥੇ ਜੀ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਸਾਡੇ ਪਰਿਵਾਰਾਂ ਦੀ ਮਦਦ ਕਰਦੇ ਹੋ ਜੀ, ਜੀ ਬੇਸ਼ੱਕ ਤੁਸੀਂ ਆਪ ਕਲਾਸਾਂ ਲਾਉਂਦੇ ਹੋ, ਤੁਹਾਡੇ ਕੋਲ ਤੁਹਾਡੇ ਕੋਲ ਵਿੱਚ ਆਉਂਦੇ ਨੇ ਜੀ, ਜਾਂ ਫਿਰ ਆਪਣੇ ਇੰਟਰਨੈਟ ਤੇ ਜਾ ਕੇ ਵੀ ਤੁਹਾਡੀ ਵੈਬਸਾਈਟ ਤੋਂ ਵੀ ਜਾ ਪ੍ਰਾਪਤ ਕਰ ਸਕਦੇ, ਸਾਰੀ ਜਾਣਕਾਰੀ ਸਟੱਡੀ ਕਰ ਸਕਦੇ ਜੀ। ਕੀ ਹੁਣ ਇੰਟਰਨੈਸ਼ਨਲ ਜਿਹੜੇ ਸਾਡੇ ਪਰਿਵਾਰ ਸਾਡੇ ਇੰਡੀਆ ਵਿੱਚ ਰਹਿ ਰਹੇ ਨੇ ਜਾਂ ਹੋਰ ਕਿਤੇ ਰਹਿ ਰਹੇ ਜੀ, ਉਹ ਵੀ ਇੱਥੇ ਆ ਸਕਦੇ ਜੀ? ਬਿਲਕੁਲ ਜੀ, ਕੈਨੇਡਾ ਗਵਰਨਮੈਂਟ ਦੇ ਅਪਰੂਵਲ ਦਾ ਮਤਲਬ ਇਹ ਹੈ ਕਿ ਆਪਣਾ ਇਹ ਕਾਲਜ ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਵੈਲਕਮ ਕਰ ਸਕਦਾ ਹੈ। ਬਹੁਤ ਵਧੀਆ ਗੱਲ ਹੈ ਜੀ, ਸਾਡੇ ਪਰਿਵਾਰ ਇਸ ਦਾ ਜ਼ਰੂਰ ਫਾਇਦਾ ਉਠਾਉਣਗੇ ਜੀ। ਜੀ, ਅੱਜ ਜੀ ਤੁਸੀਂ ਹਮੇਸ਼ਾ ਜਦੋਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਜੀ, ਜੀ ਕੋਈ ਨਾ ਕੋਈ ਤੁਸੀਂ ਸਾਡੇ ਪਰਿਵਾਰਾਂ ਲਈ ਇੰਗਲਿਸ਼ ਦੇ ਟਿਪਸ ਜ਼ਰੂਰ ਦਿੰਦੇ ਹੋ। ਬਿਲਕੁਲ ਜੀ, ਅੱਜ ਕੀ ਪੇਸ਼ ਕਰਨੇ ਆ ਰਹੇ? ਲੈ ਜੀ, ਆਪਾਂ ਗੱਲ ਪਿਛਲੀ ਵਾਰੀ ਇੰਟਰਵਿਊ ਤੋਂ ਹੀ ਸ਼ੁਰੂ ਕਰਦੇ ਹਾਂ। ਜਦੋਂ ਆਪਾਂ ਕਿਹਾ ਸੀ ਵੀ ਸੀ ਦਾ ਮਤਲਬ ਹੁੰਦਾ ਹੈ ਦੇਖਣਾ ਕਿ ਸੀ ਯੂ ਲੇਟਰ, ਤੇ ਮੈਂ ਤੁਹਾਨੂੰ ਬਾਅਦ ਚ ਵੇਖੂਗਾ। ਅੱਜ ਆਪਾਂ ਗੱਲ ਕਲੀਅਰ ਕਰੀਏ ਕਿ ਸੀ ਯੂ ਲੇਟਰ ਜਿਹੜੀ ਆ ਕਿਵੇਂ ਗੱਲ ਬਣਦੀ ਹੈ ਜੀ। ਸੀ ਦਾ ਐਕਚੁਅਲੀ ਮਤਲਬ ਹੈ ਕਿ ਦਰਸ਼ਨ ਕਰਨੇ ਜੀ। ਦੇਖੋ, ਆਪਾਂ ਨੂੰ ਦੱਸਿਆ ਗਿਆ ਸੀ ਦਾ ਮਤਲਬ ਹੈ ਵੇਖਣਾ, ਪਰ ਸੀ ਦਾ ਮਤਲਬ ਹੈ ਦਰਸ਼ਨ ਕਰਨੇ। ਆਪਾਂ ਇੱਕ ਦੂਜੇ ਨੂੰ ਮਿਲ ਕੇ ਫਿਰ ਵਿਛੜਦੇ ਆ, ਆਪਾਂ ਕਹਿੰਦੇ ਚੰਗਾ ਸ਼ਮੀ ਜੀ ਫਿਰ ਮਿਲਾਂਗੇ। ਸੀ ਯੂ ਲੇਟਰ ਜੀ, ਸੀ ਯੂ ਟੁਮਾਰੋ। ਮੈਂ ਦੇ ਆ ਜੀ, ਅੱਜ ਹੋਏ ਸਵੇਰੇ ਦਰਸ਼ਨ, ਅੱਜ ਦਿਨ ਵਧੀਆ ਲੰਘੂਗਾ, ਦਿਨ ਵਧੀਆ ਲੰਘੂਗਾ ਤੁਹਾਡੇ ਦਰਸ਼ਨ ਹੋਏ। ਦਰਸ਼ਨ ਕਰਨ ਇੰਗਲਿਸ਼ ਜੇ ਆਪਾਂ ਕਿਸੇ ਭੈਣ ਭਰਾਵਾਂ ਨੂੰ ਪੁੱਛ ਲਈਏ ਤੇ ਉਹ ਪਤਾ ਨਹੀਂ ਲੱਗਦੀ ਵੀ ਦਰਸ਼ਨ ਕਰਨ ਦੀ ਜੀ ਤਾਂ ਪਤਾ ਕਦੇ ਦੱਸੀ ਨਹੀਂ। ਤੇ ਆਪਾਂ ਜੇ ਕਹਾਂਗੇ ਹੁਣ ਅਸੀਂ ਵੈਸ਼ਨੋ ਦੇਵੀ ਦਰਸ਼ਨ ਕਰਨ ਜਾ ਰਹੇ ਹਾਂ, ਅਸੀਂ ਦਰਬਾਰ ਸਾਹਿਬ ਦਰਸ਼ਨ ਕਰਨ ਜਾ ਰਹੇ ਹਾਂ, ਜਾਂ ਅਸੀਂ ਕਿਸੇ ਵੀ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ, ਉੱਥੇ ਇਹੋ ਹੀ ਲਗਾਉਣਾ ਕਿ ਵੀ ਆਰ ਗੋਇੰਗ ਟੂ ਸੀ ਦਾ ਗੋਲਡਨ ਟੈਂਪਲ, ਵੀ ਆਰ ਗੋਇੰਗ ਟੂ ਸੀ ਚਿੰਤਪੁਰਨੀ, ਵੀ ਆਰ ਗੋਇੰਗ ਟੂ ਸੀ ਮੱਕਾ ਮਦੀਨਾ, ਵੀ ਆਰ ਗੋਇੰਗ ਟੂ ਸੀ ਨਨਕਾਣਾ ਸਾਹਿਬ। ਤਾਂ ਉੱਥੇ ਸੀ ਵਰਡ ਦਾ ਹੀ ਇਸਤੇਮਾਲ ਹੋਣਾ ਹੈ। ਤੇ ਲੋ, ਇਸ ਤੋਂ ਅਗਲੀਆਂ ਆਪਾਂ ਟਿਪਸ ਇਹਨਾਂ ਨੂੰ ਭਰਾਵਾਂ ਨਾਲ ਸ਼ੇਅਰ ਕਰੀਏ ਜੀ। ਬਿਲਕੁਲ ਜੀ, ਜਿਹੜੇ ਰੈਗੂਲਰ ਵਰਡਸ ਨੇ ਉਹਨਾਂ ਵਿੱਚ ਆਪਾਂ ਸਿਰਫ ਪਿੱਛੇ ਈਡੀ ਈਡੀ ਲਗਾਈ ਜਾਂਦੇ ਆ ਤੇ ਉਹ ਬਣ ਜਾਂਦੇ ਦਾ ਵਾਸ਼ ਵਾਸ਼ਡ ਵਾਸ਼ਡ, ਪਲੇਡ ਪਲੇਡ ਪਲੇਡ। ਜਿਵੇਂ ਆਪਾਂ ਕਹੀਏ ਕਿ ਟੇਕ ਟੁੱਕ ਟੇਕਨ ਜੀ, ਸ਼ੇਕ ਸ਼ੁੱਕ ਸ਼ੇਕਨ। ਉਹ ਬੱਚਿਆਂ ਦੀ ਲੈ ਵੱਜ ਜਾਂਦੀ ਔਰ ਪੁੱਛੋ ਮੇਕ, ਉਹ ਕਹਿੰਦੇ ਮੇਕ ਮੁੱਕ ਮੇਕਰ। ਉਹ ਨਹੀਂ ਭਰਾ ਜੀ, ਮੇਕ ਮੇਡ ਮੇਡ। ਯਾਨੀ ਕਿ ਚੀਜ਼ਾਂ ਸਾਰੀਆਂ ਸਿੱਧੀਆਂ ਨਹੀਂ ਚੱਲਦੀਆਂ, ਹਰੇਕ ਨੂੰ ਜਿਹੜੀਆਂ ਉਹ ਸਹੀ ਜੋੜ ਹੈਗਾ ਉਹ ਹੀ ਸਾਨੂੰ ਯਾਦ ਕਰਨਾ ਪੈਣਾ, ਪਰ ਹੈਗੀਆਂ ਬੜੀਆਂ ਲਿਮਿਟਿਡ ਆ। ਤੋ ਇਸ ਤਰ੍ਹਾਂ ਦੀਆਂ ਜਿਹੜੀਆਂ 3 ਫਾਰਮਸ ਆ ਆਪਣੀਆਂ ਮਾਰਵਲਸ ਇੰਗਲਿਸ਼ ਸਪੀਕਿੰਗ ਕੋਰਸ, ਅਸੀਂ ਉਹ ਬੜੇ ਸੋਹਣੇ ਤਰੀਕੇ ਨਾਲ ਮੈਂ ਗਾ ਕੇ ਉਹ ਸਮਝਾਈਆਂ ਹੋਈਆਂ ਕਿ ਤਾਂ ਕਿ ਭੈਣ ਭਰ ਜੇ ਉਹਨੂੰ ਕਾਰ ਚ ਲਗਾਈ ਰੱਖਦੇ ਆ ਜਾਂ ਘਰ ਲਗਾਈ ਰੱਖਦੇ, ਸੀਡੀ ਨੂੰ ਸੁਣਦੇ ਆ, ਸਾਡੀ ਛੋਟੀ ਕਿਤਾਬ ਨਾਲ ਸੀਡੀ ਆਉਂਦੀ ਹੈ, ਉਹ ਦਿਮਾਗ ਤੇ ਚੜ ਜਾਏ। ਜਿੱਦਾਂ ਆਪਾਂ ਕੋਈ ਅੱਛਾ ਪੰਜਾਬੀ ਗਾਣਾ ਹਿੰਦੀ ਗਾਣਾ ਸੁਣਦੇ ਆ ਨਾ, ਤੇ ਸਾਡੇ ਦਿਮਾਗ ਤੇ ਚੜ ਜਾਂਦਾ, ਉਹਦੇ ਬੋਲ ਗੂੰਜਦੇ ਰਹਿੰਦੇ ਆ, ਤੇ ਅਸੀਂ ਐਸ ਈ ਡਬਲਯੂ ਸਿਊ ਤੇ ਸਿਊਇੰਗ ਮਸ਼ੀਨ ਜਿਹੜੀ ਹੈ ਆਪਾਂ ਖਰੀਦਣੀ ਹੈ, ਫਲਾਨੀ ਕੰਪਨੀ ਦੀ ਸਿਊਇੰਗ ਮਸ਼ੀਨ ਆ ਰਹੀ ਹੈ, ਉਹ ਇੱਥੇ ਆ ਕੇ ਪਤਾ ਲੱਗਦਾ ਵਾ ਸਿਊਇੰਗ ਨਹੀਂ ਹੈਗਾ ਜੀ, ਇਹ ਸੋਇੰਗ ਹੈ, ਸੋਇੰਗ ਮਸ਼ੀਨ। ਕਮਾਲ ਹੈ, ਦੇਖੋ ਆਪਾਂ ਸਾਰੇ ਜਾਣੇ ਉੱਥੇ ਹਿੰਦੁਸਤਾਨ 'ਚ ਨਾ ਜਾਂ ਪਾਕਿਸਤਾਨ 'ਚ ਗਲਤੀ ਚੀਜ਼ਾਂ ਪੜ੍ਹੀ ਜਾਂਦੇ ਹਾਂ। ਸੋ ਕਰਨਾ ਆ, ਸਿਲਾਈ ਕਰਨੀ ਜਿਹੜੀ ਹੈ, ਉਹਦੀਆਂ 3 ਫਾਰਮਸ ਹੈ, ਸੋ ਸੋਡ ਸੋਡ ਜਾਂ ਸੋ ਸੋਡ ਸੋਨ ਹੈਗਾ, ਉਹ ਐਸ ਈ ਡਬਲਯੂ ਐਨ ਹੈ। ਫਿਰ ਆਪਾਂ ਉੱਥੇ ਕਹੀਦਾ ਸੀਵਰੇਜ ਪਾਉਣਾ, ਉਹ ਸੀਵਰੇਜ ਨਹੀਂ ਹੈ, ਸੂਏਜ ਹੈ, ਪ੍ਰੋਨਾਂਸੀਏਸ਼ਨ ਟੋਟਲੀ ਡਿਫਰੈਂਟ ਹੈ। ਫਿਰ ਇੱਕ ਹੋਰ ਵਰਡ ਹੈ ਜਿਹੜਾ ਹੈ ਆਪਣਾ ਸੁਜੈਸਟ ਕਰਨਾ, ਉਹਦਾ ਨਾਉਨ ਬਣਦਾ ਹੈ, ਸ਼ਮੀ ਜੀ ਕੋਈ ਮੈਨੂੰ ਸੁਝਾਅ ਦਿਓ ਵੀ ਮੈਂ ਕੰਮ ਕਿੱਦਾਂ ਕਰਾਂ, ਪਲੀਜ਼ ਗਿਵ ਮੀ ਏ ਸੁਜੈਸਟਨ। ਆਪਾਂ ਹੁਣ ਸੁਜੈਸ਼ਨ ਉੱਥੇ ਪੜ੍ਹਦੇ ਆਏ ਹਾਂ, ਸੁਜੈਸਟ ਦੇ ਨਾਲ ਚੰਨ ਲੱਗ ਗਿਆ, ਚੰਨ ਪਰਦੇਸੀ, ਇਹ ਚੰਨ ਚੰਨ ਕਿੱਦਾਂ ਆ ਜੁੜਿਆ, ਉਹ ਕੌਣ ਦੱਸਦਾ ਹੈ? ਦੱਸੀ ਆ ਗਿਆ ਨਾ, ਪਰਦੇਸੀ ਹੋ ਗਿਆ, ਪਰਦੇਸੀ ਹੋ ਗਏ, ਹੋਰ ਸਹੀ ਚੀਜ਼ ਸਿੱਖਣ ਲੱਗ ਪਏ। ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਰਿਕੁਐਸਟ ਕਰਨਾ ਚਾਹਾਂਗਾ ਕਿ ਕੁਛ ਤਾਂ ਆਮ ਡਿਕਸ਼ਨਰੀਆਂ ਨੇ ਜਿਹੜੀਆਂ ਅਵੇਲੇਬਲ ਨੇ ਬਹੁਤ ਸਾਰੀਆਂ, ਲੇਕਿਨ ਸਿਰਫ ਉਹਨਾਂ ਦੀ ਬਿਲੀਵ ਨਾ ਕਰੋ, ਜਿਹੜਾ ਧੁਰਾ ਹੈ ਉਹ ਹੈ ਆਕਸਫੋਰਡ। ਆਕਸਫੋਰਡ ਐਡਵਾਂਸਡ ਲਰਨਰਸ ਡਿਕਸ਼ਨਰੀ ਜਿਹੜੀ ਹੈ ਨਾ, ਉਹ ਡਿਕਸ਼ਨਰੀ ਦੇ ਨਾਲ ਅੱਜ ਕੱਲ੍ਹ ਸੀਡੀ ਆ ਰਹੀ ਹੈ, ਉਹਨੂੰ ਆਪਣੇ ਲੈਪਟਾਪ ਜਾਂ ਕੰਪਿਊਟਰ 'ਚ ਪਾ ਲਓ, ਵਰਡ ਤੁਸੀਂ ਉਹਨੂੰ ਡਾਊਨਲੋਡ ਕਰਕੇ ਵਰਡ ਉੱਥੇ ਟਾਈਪ ਕਰੋ, ਉਹ ਨਾਲ ਬੋਲ ਕੇ ਦੱਸਦੀ ਹੈ ਵੀ ਇਹਦੀ ਸਹੀ ਪ੍ਰੋਨਾਂਸੀਏਸ਼ਨ ਕੀ ਹੈ।